ਹਾਂਜੀ ਕੀ ਹਾਲਮ ਉਹਨਾ ਬੈਠੇ ਬੈਠੇ ਆਪਣੀ ਚੱਲ ਗੱਲ ਜਾਦ ਆ ਗਈ ਮੇਰੇ ਵੀ ਮਸ਼ੀਨ ਬਾਰੇ ਦਿਖਾਉਣਾ ਸੀ ਤੁਹਾਨੂੰ ਮੈਂ ਅਗਲਾ ਕਹਨਾ ਜੀ ਟਰੈਕਸ ਮਸ਼ੀਨ ਕੰਮਜਾਪਣੀ ਹੈਗੀ ਆਹ ਪੜੋ ਦੇਖੋ ਜੀ ਕਰਾਰ ਉਹਦਾ ਟਰਾਂਸਮਿਸ਼ਨ ਆ ਕਰਾਰ ਉਹਦਾ ਹੈਗਾ ਪਲੈਂਟਰੀ ਡਰਾਈਵਿਸ ਅਮਗਰ ਲਾ ਹਿੱਸਾ ਇਹਦਾ ਹੈਗਾ ਤੇ ਮੋਟੀਆਂ ਡੱਬੀਆਂ ਚ ਕਰਾਸ ਹੁੰਦਾ ਇਹਨੂੰ ਪਾਰਕਰ ਦਾ ਪੰਪ ਹੁੰਦਾਗਾ ਤੇ ਜੀ 4 ਜਿਹੜਾ 75 ਗਿਆਨ ਜੀ ਇੰਜਨ ਹੁੰਦਾ ਕਰਲਾਸ ਕਰਦਾ ਜੀ 4 ਇੰਜਨ ਆ ਫਰੰਟ ਐਕਸ ਹਿੱਸਾਗਾ ਪੂਰਾ ਹੈਵੀ ਆ ਵੱਡੇ ਚੌੜੇ ਟਾਇਰ ਹੁੰਦੇ ਆਗੇ ਮੰਜੇ ਸੀ ਵੀ ਦੇ ਪਤਲੇ ਹੁੰਦੇ ਆ ਛੇਤੀ ਨਾ ਜਦੋਂ ਲੋਡਰ ਭਰ ਕੇ ਦਾਨ ਲੈ ਆਣੇ ਗਿੱਲੀ ਮਿੱਟੀ ਚ ਛੇਤੀ ਖੋ ਗ ਜਾਂਦੇ ਆ ਤੇ ਬਸ ਟਰੈਕਸ ਮਸ਼ੀਨ ਕਿੱਥੋਂ ਮਾੜੀ ਆ ਆ ਚੀਜ਼ ਤੋਂ ਲੈ ਕੇ ਆ ਗਈ ਇਹ ਦੀ ਏਪੀਸੀ ਆ ਗਿਆ ਦਾ ਕੈਰੀਅਰ ਠੀਕ ਆ ਆ ਬੂਮ ਆ ਗਿਆ ਉੱਪਰਲੀ ਸਟੈਕ ਆ ਗਈ ਬਾਗਟਾ ਗਈ ਇਹ ਚੀਜ਼ਾਂ ਦੇ ਵਿੱਚੋਂ ਟਰੈਕਸ ਮਸ਼ੀਨ ਇੱਥੋਂ ਤੇ ਲੈ ਕੇ ਕੇਪੀਸੀ ਤੋਂ ਲੈ ਕੇ ਕੇਪੀਸੀ ਸਵਿੰਗ ਜੈਕ ਆ ਕੈਰੀਅਰ ਬੂਮ ਸਟੈਕ ਬਾਗਟਾ ਇਹ ਚੀਜ਼ਾਂ ਤੋਂ ਟ੍ਰੈਕਸ ਮਸ਼ੀਨ ਮਾੜੀ ਆ ਤੇ ਸਟੈਕ ਆ ਸਟੈਪਲਰ ਵੀ ਜਿਹੜੇ ਪਿਛਲੇ ਸਟੈਪਲਰ ਨੇ ਇਹ ਵੀ ਜੀਐਸਵੀ ਨਾਲੋਂ ਮਾੜੇ ਨੇ ਇਹ ਮੰਨ ਕੇ ਚੱਲੋ ਵੀ ਇੱਥੋਂ ਪਿੱਸਿਓ ਆ ਜੀਐਸਵੀ ਮਸ਼ੀਨ ਇਹਦੇ ਨਾਲੋਂ ਤਕੜੀ ਆ ਆ ਪਰ ਫਰੰਟ ਦੇ ਵਿੱਚੋਂ ਜਿਹੜੋ ਪਕੇ ਜੇ ਲੋਡਰ ਦੇ ਵਿੱਚੋਂ ਫਰੰਟ ਹਿੱਸਾ ਆ ਦੇਖ ਲਓ ਮੇਰੇ ਨਾਲ ਕੱਪ ਡਿੱਗ ਪਿਆ ਵੈਰਕ ਨਹੀਂ ਪੰਨਿਆ ਮਸ਼ੀਨ ਨੇ ਨੀ ট্রাক ਜੀਸੀ ਮਸ਼ੀਨ ਬਾਰੇ ਬਹੁਤ ਪੰਦੀ ਆ ਮੂਰਲੇ ਵੱਡੇ ਟਾਇਰ ਨੇ ਲੋਡਰ ਭਰ ਕੇ ਜਿਵੇਂ ਮਰਜੀ ਗਿੱਲੇ ਚ ਤੋਰੀ ਫਿਰੋ ਧਸਦਾ ਨਹੀਂਗਾ ਜੀ 4 ਕਰਲਾਸ ਕਰਦਾ 75 ਐਚਪੀ ਇੰਜਨ ਪੰਜ ਰੁਪਈਆ ਦੀ ਰਿਪੇਅਰ ਨਹੀਂ ਮੇਰੇ ਕੋਲ ਤਿੰਨ ਚਾਰ ਸਾਲ ਹੋ ਗਏ ਮਸ਼ੀਨ ਨੂੰ ਕੱਲੀ ਸਰਵਿਸ ਤੋਂ ਬਣਾ ਮੋਗ ਲੈਣੀ ਘਟਾਇਆ ਪਲੈਂਟਰੀ ਡਰਾਈਵ ਮਗਰਲਾ ਕਰਾਰੋ ਦਾ ਹਿੱਸਾ ਹੈਗਾ ਜਿਹਦੀ ਪੰਜ ਰੁਪਈਆ ਦੀ ਰਿਪੇਅਰ ਨਹੀਂ ਹੈਗੀ ਕਰਾਰੋ ਦੀ ਤੇ ਕਰਾਰ ਉਹਦਾ ਹੀ ਟ੍ਰਾਂਸਮਿਸ਼ਨ ਆ ਜਿੰਨਾ ਮਰਜੀ ਤੇਲ ਘਟ ਜੇ ਕੋਈ ਮਤਲਬ ਹੀ ਨਹੀਂ ਪਾਰਕਰ ਦਾ ਪੰਪ ਲੱਗਿਆ ਹਾਈਡਰੌਲਿਕ ਤੇ ਕੋਈ ਮਤਲਬ ਹੀ ਨਹੀਂ ਗਾ ਤੇ ਹਾਂ ਇਥੋਂ ਹੁਣ ਤੁਸੀਂ ਕਹੋਗੇ ਆ ਜੀਸੀਬੀ ਵਾਲਾ ਆਪਣੀ ਮਸ਼ੀਨ ਦੇ ਕੀ ਜ਼ਗਾਰਡ ਕਰਿਆ ਵਾ ਜਿਹਨੂੰ ਹੁਣ ਆਪਾਂ ਕਹਿੰਦੇ ਆ ਮੋਡੀਫਿਕੇਸ਼ਨ ਆਪਾਂ ਕਰ ਲਈ ਆਪਣੀ ਮਸ਼ੀਨ ਦੇ ਇਥੋਂ ਲੈ ਕੇ ਸਾਰੀ ਮਗਰ ਜੀਸੀਬੀ ਆ ਜਿੱਥੋਂ ਇਹ ਮਸ਼ੀਨ ਮਾਰਖਾਂਦੀ ਆ ਉਥੋਂ ਲਾ ਕੇ ਹਾਂ ਵਸ ਇੱਕ ਨਾਕਸ ਲੱਗਿਆ ਮਸ਼ੀਨ ਦੇ ਵਿੱਚ ਇਹ ਮਸ਼ੀਨ ਇਧਰ ਉਧਰ ਨਹੀਂ ਜਾਈ ਕੇ ਪੀਸੀ ਜਾਣੀ ਜਿਵੇਂ ਕੇ ਪੀਸੀ ਇਧਰਲੇ ਪਾਸੇ ਆ ਜਾਂਦੇ ਕੰਨੀ ਤੇ ਸੈਂਟਰ ਜਾਂ ਪਰਲੇ ਪਾਸੇ ਚਲੀ ਜਾਂਦੀ ਆ ਉਹ ਨਹੀਂ ਇਹਦੇ ਜਾਣੀ ਉਹ ਇਹਦੇ ਫਿਕਸ ਰਹਿਣੀ ਹੈਗੀ ਇੱਕ ਮਿੰਟ ਮਸ਼ੀਨ ਥੱਲੇ ਲਾ ਲਾ ਹੁਣ ਆ ਕੈਬਨ ਦੇ ਵਿੱਚੋਂ ਦੇਖੋ ਇਹਦਾ ਅਡਜਸਟੇਬਲ ਸਟੀering ਆ ਉੱਪਰ ਨੀਚੇ ਹੋਣ ਵਾਲਾ ਥੱਲੇ ਵੀ ਹੋ ਜਾਂਦਾ ਉੱਪਰ ਵੀ ਚਲਾ ਜਾਂਦਾ ਦਾ ਅਡਜਸਟੇਬਲ ਆ ਤੇ ਕੈਬਨ ਵੀ ਜੀਸੀਵੀ ਦਾ ਜਿਹੜਾ ਪਹਿਲਾਂ ਵਾਲਾ ਮਾਡਲ ਆਗਾ ਉਹਦੇ ਦਾ ਕੈਬਨਾ ਖੁੱਲਾਗਾ ਜਿਹੜਾ ਇਕੋ ਮੈਕਸ ਮਾਡਲ ਆ ਉਹਦੇ ਕੈਬਨ ਬਹੁਤ ਤੰਗਾ ਜਿਹਦੇ ਪੂਰਾ ਵਧੀਆ ਬੰਦਾ ਇੱਥੇ ਪੈ ਜਾਂਦਾਗਾ ਜੇ ਇੱਕ ਬੰਦੇ ਨੇ ਮਸ਼ੀਨ ਚਲਾਉਣੀ ਆ ਇੱਕ ਬੰਦਾ ਉੱਥੋਂ ਲੈ ਕੇ ਇੱਥੇ ਤੱਕ ਪੂਰਾ ਵਧੀਆ ਬੰਦਾ ਹੈਲਪਰ ਪੈ ਸਕਦਾ ਵਿੱਚ ਦੋ ਬੰਦੇ ਵੀ ਪੈ ਸਕਦੇ ਆ ਇੱਕ ਛੋਟੇ ਲੋਟ ਛੋਟਾ ਬੰਦਾ ਵੱਡੇ ਕੱਦ ਦਾ ਨਹੀਂ ਵੀ ਕੈਬਨ ਵੀ ਇਹਦਾ ਉਹਦੇ ਨਾਲੋਂ ਚੰਗਾਗਾ ਇਹ ਹਾਈਡਰੋ ਟੈਂਕਾ 120 ਲੀਟਰ ਦਾ ਤੇ ਇੰਜਨ ਤਾਂ ਹੁੰਦਾ ਸਹੀ ਕਰ ਲਾਸ ਕਰਦਾ ਮਰਨ ਵਾਲਾ ਕੰਮ ਹੀ ਨਹੀਂਗਾ। ਵੀ ਕਈ ਚੀਜ਼ਾਂ ਦੇ ਵਿੱਚ ਟਰੈਕਸ ਮਸ਼ੀਨ ਜੀਸੀਬੀ ਨਾਲ ਚੰਗੀ ਆ। ਸਿਰਫ ਕਿੱਥੇ ਮਾਰ ਖਾਂਦੀ ਆ ਮਗਰਲੇ ਹਾਈਡਰੌਲਿਕ ਸਿਸਟਮ ਤੇ। ਜਿਹੜਾ ਆ ਚੀਜ਼ ਆ। ਸਟੈਪਲਰਾਂ ਦੀ ਕੀ ਪ੍ਰੋਬਲਮ ਆ? ਤੁਸੀਂ ਕਹਿੰਦੇ ਸਟੈਪਲਰ। ਸਟੈਪਲਰ ਉੱਚੇ ਘਟ ਜਾਂਦੇ ਆ ਦੇ। ਇਹ ਨਿਕਲਦੇ ਘਾਟਾ ਥੱਲੇੋਂ ਮਸ਼ੀਨ ਉੱਚੀ ਘੱਟ ਉੱਠਦੀ ਹੋਗੀ। ਤੇ ਜਿਹੜੀ ਉਹ ਆ ਜੈਕ ਨੇ ਮਗਰਲੇ ਉਹਨਾਂ ਦਾ ਮਾੜੇ ਹੋਣ ਦਾ ਕੀ ਕਾਰਨ ਆ? ਹੁਣ ਹੁਣੇ ਵੀ ਦੱਸਦਾ। ਇਹਦਾ ਸਟੈਕ ਦੇ ਬੂਮ ਆ ਆ ਟ੍ਰੈਕਸ ਦੇ ਸਟੈਕ ਬੂਮ ਨਾਲੋਂ ਇਹ ਆਪਣਾ ਜੀਸੀਬੀ ਵਾਲਾ ਲੱਗਿਆ ਸਾਰਾ ਸਿਸਟਮ ਮਗਰ ਆ ਉੱਤੇ ਰੰਗ ਕਰਕੇ ਥੱਲੇ ਪੀਲਾ ਰੰਗ ਨਿਕਲਦਾਗਾ ਸੋਨ ਦੀਂਦਾ ਹੀ ਆ ਤੇ ਇੱਥੇ ਮੋਰ ਵੀ ਦਿਖਾ ਦਣਾ ਜੀਸੀਬੀ ਦੀ ਆ ਜੀਸੀਬੀ ਦੀ ਮੋਰ ਪਈ ਆ ਜਿਹੜਾ ਮਗਰਲਾ ਸਿਸਟਮ ਆ ਇਹਦਾ ਟ੍ਰੈਕਸ਼ਨ ਮਸ਼ੀਨ ਦਾ ਨਾ ਉਹ ਇਹਦੇ ਨਾਲੋਂ ਵੱਡਾ ਸਟੈਕ ਵੀ ਉਹਦੀ ਜਿਹੜੀ ਮਗਰਲੀ ਸਟੈਕ ਆ ਉਹ 1 ਫੁੱਟ ਵੱਡੀ ਆ ਤੇ ਜਿਹੜੀ ਆਹਾ ਬੂਮ ਆ ਉਹ ਵੀ ਅੱਧਾ ਪੌਣਾ ਫੁੱਟ ਵੱਡਾ ਮਿੱਟੀ ਟਿਪਰ ਆਰਾਮਣਾ ਭਰਦੀ ਆ ਟਰੈਕਸ ਮਸ਼ੀਨ ਇਹ ਟਿਪਰ ਨਹੀਂ ਭਰ ਸਕਦੀ ਇਹ ਹਨਾ ਜੀਸੀਬੀ ਮਸ਼ੀਨ ਔਖਾ ਭਰਦੀ ਆ ਭਰਦੀ ਜਰੂਰ ਆ ਰੈਂਪਾ ਕੇ ਭਰਦੀ ਆ ਤੇ ਸਮਾਨ ਵੱਡਾ ਥੋੜਾ ਹਲਕਾ ਤੇ ਆ ਜਿਹੜੇ ਜੱਕ ਨੇ ਜੱਕ ਹਲਕੇ ਆ ਜੱਕ ਹਲਕੇ ਕਾਰਨ ਅਗਲਾ ਕਹਿੰਦਾ ਵੀ ਟਰੈਕਸ ਮਸ਼ੀਨ ਦੀ ਸਪੀਡ ਬਹੁਤ ਵੱਧ ਆ ਸਪੀਡ ਕਾਤੋਂ ਵੱਧ ਆ ਆ ਸਮਾਨ ਉਹਦੇ ਜੱਕ ਪਤਲੇ ਆ ਸਮਾਨ ਹਲਕਾ ਮਗਰਲਾ ਤੇ ਟਰੈਕਸ ਮਸ਼ੀਨ ਦੀ ਸਪੀਡ ਹਮੇਸ਼ਾ ਹੀ ਜੀਸੀਬੀ ਨਾਲੋਂ ਰੈਕਸ ਮੰਨ ਕੇ ਚਲੋ ਵੀ ਤੁਸੀਂ 13 14 ਮਾਡਲ ਲਓਵੇ ਤੇ ਜੀਸੀਬੀ 20 21 ਮਾਡਲ ਲਓਵੇ ਤਾਂ ਸਪੀਡ ਸੇਮ ਰਹੂਗੀ ਪਰ ਨੁਕਸਾਨ ਕੋਈ ਪਤਾ ਨਹੀਂ ਟਰੈਕਸ ਕਦੋਂ ਕਰ ਦੇਵੇ ਤੇ ਆਪਣੇ ਜੇ ਤੁਹਾਂ ਮਸ਼ੀਨ ਲਈਓ ਮਿਸਤਰੀ ਨੇ ਜੂੜ ਵੱਢਿਆ ਵਾ ਫਿਕਸ ਕਰਤੀ ਕੇਪੀਸੀ ਕੇਪੀਸੀ ਸਾਰਾ ਮੰਨ ਕੇ ਚਲੋ ਵੀ ਆਹ ਬਾਲ ਬਲਾਕ ਆ ਗਿਆ ਇਹਦਾ ਬਾਲ ਬਲਾਕ ਟਰੈਕਸ ਵਾਲਾ ਹੀ ਆ ਠੀਕ ਆ ਉੱਥੋਂ ਉਤਾਰਾਂ ਪਾਈਪਾਂ ਕਰੀਏ ਜਗਾੜ ਸੋਨ ਦਿੱਕਤ ਸਾਨੂੰ ਥੋੜੀ ਜਿਹੀ ਪੈਂਦੀ ਆ ਕਈ ਵਾਰੀ ਕਿਉਂ ਇੱਧਰ ਪਾਈਪਾਂ ਲੱਗਦੀਆਂ ਨੇ ਇਹ ਜੀਸੀਬੀ ਵਾਲੀਆਂ ਇੱਧਰ ਆ ਗਈਆਂ ਟਰੈਕਸ ਵਾਲੀਆਂ ਜੀ ਵੀ ਹੁਣ ਸਾਨੂੰ ਆਹ ਰੇ ਪਾਈਪ ਆਹ ਟਰੈਕਸ ਵਾਲੀ ਪਾਈਪ ਆ ਇਹਦੇ ਮੂਰੇ ਇਹਦਾ ਆਪਣਾ ਬਿਲਡਿੰਗ ਕਰਾਇਆ ਵਾ ਤੇ ਜਿਹੜੀ ਆ ਪਾਈਪ ਆ ਜੀਸੀਬੀ ਵਾਲੀ ਆ ਇਹਦੀ ਉਧਰ ਜਾ ਕੇ ਬਿਲਡਿੰਗ ਹੋਇਆ ਵਾ ਵੀ ਸਾਨੂੰ ਐ ਪਾਈਪ ਜਦੋਂ ਪਾੜ ਜਾਂਦੀ ਆ ਪ੍ਰੋਪਰ ਪਾਈਪ ਨਹੀਂ ਮਿਲਦੀ ਜੇ ਟਰੈਕਸ ਵਾਲੀ ਮਿਲਦੀ ਆ ਤਾਂ ਇੱਧਰ ਵੈਲਡਿੰਗ ਕਰਾਉਣਾ ਪੈਂਦਾ ਜੇ ਜੀਸੀ ਵਾਲੀ ਪਾਈਪ ਲਿਓਨੇ ਜਮਿਆਂ ਫਿਰ ਜਾ ਕੇ ਉਧਰ ਬਿਲਡਿੰਗ ਕਰਾਉਣਾ ਪੈਂਦਾ ਵੀ ਸਾਨੂੰ ਪਾਈਪਾਂ ਦੀ ਜ਼ਰੂਰ ਡੈਕਤਾ ਤੇ ਹੋਰ ਕੋਈ ਇਹਦੀ ਰਿਪੇਅਰ ਬਹੁਤ ਘਟ ਗਈ ਇਹ ਪੀਸੀਓ ਜੀਸੀਬੀ ਮਸ਼ੀਨ ਬਹੁਤ ਹੈਵੀ ਜਗਾੜਾ ਜੱਕ ਜੁਕਰਾ ਛੀਲਾ ਬਹੁਤ ਘੱਟ ਪਾੜਦਾ ਤੇ ਵਟ ਵੀ ਮਗਰਲਾ ਇਸਾ ਗੇਰਾ ਤੇ ਇੰਜਨ ਦੇ ਪੱਖੋਂ ਜੀਸੀਬੀ ਇਹੋ ਥੱਲੇ ਆ ਗਈ ਹਾਂ ਇੰਜਨ ਇਕੋਮੈਕਸ ਇੰਜਨ ਆਇਆ ਉਹਦੀ ਐਵਰੇਜ ਜ਼ਰੂਰ ਵੱਧਾ ਦੇ ਨਾਲੋਂ ਪਹਿਲਾਂ ਵਾਲੇ ਮਾਡਲ ਦਾ ਇੰਜਨ ਇਹ ਸੀਗਾ ਉਹ ਬਦਾਓ ਟਰਬੋ ਇੰਜਨ ਹੈ ਟਰਬੋ ਆਕਰ ਲਾਸ ਕਰਦਾ ਜੀ 4 ਤੇ 2011 ਦੇ ਵਿੱਚ ਇਕੋਮੈਕਸ ਇੰਜਨ ਆ ਗਿਆ ਉਹ ਨਵੀਂ ਟੈਕਨੋਲੋਜੀ ਦਾ ਇੰਜਨ ਹੈ ਐਵਰੇਜ ਜ਼ਰੂਰ ਵੱਧਾ ਪਰ ਪੇਰ ਵੀ ਵੱਧਾ ਜਿਹੜਾ ਹਿੱਸਾ ਗਾ ਮਗਰਲਾ ਉਹ ਵੀ ਜੇਸੀਬੀ ਦਾ ਆਪਦਾ ਗੇਰ ਵੀ ਆਪਦਾ ਉਹ ਹਿੱਸਾ ਮਗਰਲਾ ਵੀ ਬਹੁਤ ਮਾਰਦੀ ਆ ਤੇ ਗੇਰ ਵੀ ਬਹੁਤ ਮਾਰਦੀ ਆ ਫਰੰਟ ਇਸ ਦੇ ਬੈਰਿੰਗ ਬਹੁਤ ਪਾਉਂਦੀ ਆ ਇਹਦੇ ਚੌੜੇ ਟਾਇਰ ਹੋਣ ਕਾਰਨ ਸਿੱਧੀ ਖੋਬਦੇ ਨਹੀਂ ਹੈਗੇ ਵੀ ਕਈ ਚੀਜ਼ਾਂ ਚ ਆ ਬੈਠਾ ਸੀ ਟਰਾਲੀਆਂ ਭਰਦਾ ਸੀ ਟਰਾਲੀਆਂ ਅੱਜ ਹੋਈਆਂ ਨਹੀਂ ਮੈਂ ਕਿਹਾ ਚੱਲ ਦੱਸਾਂ ਗਰੁੱਪ ਵਾਲਿਆਂ ਨੂੰ ਵੀ ਕਈ ਚੀਜ਼ਾਂ ਦੇ ਵਿੱਚ ਟਰੈਕਸ ਮਸ਼ੀਨ ਹੁਣ ਜਿਵੇਂ ਆਪਣੀਆਂ ਬਾਗਟ ਆ ਗਈ ਆਪਣੇ 3 ਫੁੱਟ ਦੀ ਬਾਗਟ ਪਾਈ ਵੀ ਆਹਾ ਇਹ ਜੇ ਇਹ ਓਰੀਜਨਲ ਜੀਸੀਬੀ ਨੂੰ ਮੈਂ ਦੇ ਦਿਆਂ ਬਾਗਟ ਜੀਸੀਬੀ ਇਹ ਬਾਗਟ ਤਾਂ ਕੰਮ ਨਹੀਂ ਕਰਦੀ ਆ ਆਪਣੇ ਰਿਸ਼ਤੇਦਾਰ ਕੋਲੇ ਜੀਸੀਬੀ ਆ ਉਹ ਮੇਰੀ ਬਾਗਟ ਲੈ ਗਿਆ ਸੀ ਇੱਕ ਵਾਰੀ ਬਸ ਉਹਨੇ ਮਹੀਨਾਕ ਚਲਾਈ ਉਹ ਕਹਾਂ ਜਿੱਕਾਂ ਨੇ ਸੀਲਾਂ ਲੀਕ ਕਰਤੀਆਂ ਉਧਰੋਂ ਬਾਲ ਬਲੌਕ ਲੀਕ ਕਰ ਦਿੰਦੀ ਆ ਹੁਣ ਮੇਰੇ ਜਿੱਕਾਂ ਦੀ ਸੀਲਾਂ ਜ਼ਰੂਰੀ ਹੀ ਹੋ ਜਾਂਦੀਆਂ ਕਿਉਂ ਬਾਗਟ ਵੱਡੀ ਪਈ ਆ ਉਧਰੋਂ ਪੰਪ ਨੂੰ ਜ਼ੋਰ ਮਾਰੀ ਜਾਂਦਾ ਪਾਰਕਰ ਦਾ ਪੰਪ ਲੱਗਿਆ ਵਾ ਇਹਦੇ ਵੀ ਕੁੱਲ ਮਿਲਾ ਕੇ ਹੁਣ ਜੀਪ 12 ਮਾਡਲ ਆਪਣੀ ਪਰ ਆਪਣੀ ਮਸ਼ੀਨ 12 ਮਾਡਲ ਆ ਇਹ 12 ਮਾਡਲ ਟਰੈਕਸ ਲੈਣੇ ਆ 5.6 ਲੱਖ ਦੀ ਆਰਸੀ ਵਾਲੀ ਬਿਨਾਂ ਆਰਸੀ ਵਾਲੀ 5.4 ਲੱਖ ਦੀ ਤੇ ਜੇ ਆਪਾਂ ਲੈਣੇ ਆਗੇ ਜੀਸੀਬੀ ਉਹ 11-12 ਲੱਖ ਦੀ ਉਹ ਵਸੇ ਹੀ ਆਗਾ ਵੀ ਜੀਸੀਬੀ ਦੀ ਰਿਪੇਅਰ ਥੋੜੀ ਜਿਹੀ ਜ਼ਰੂਰ ਘਟਾ ਇਹਦੇ ਨਾਲ ਉਹ ਵੀ ਮਗਰ ਲਈ ਮਗਰ ਲਈ ਆ ਹਿੱਸਾ ਤੇ ਗੇਅਰ ਦੀ ਰਿਪੇਅਰ ਜਿਹਨੂੰ ਵਾਧਾ ਗਈ